बिस्मिल्लाहिर्रहमानिर्रहीम। अस्सलाम वालेकुम तमाम मेरे भैन भाई, उम्मीद करना तुसीं भी ठीक ठाक हो। सो असीं भी ठीक ठाक हाँ। अल्लाह तंदुरुस्ती और सेहत देवे, जिंदगी देवे। जो मेरे भैन भरा बीमार ने शफा देवे, बे औलाद ने औलाद देवे, बे रुजगार ने रुजगार देवे। जो सफ़र कर रहे हैं अपने मकसद मकसूद तो बचाए। तो अज के ब्लॉग तो करने आगाज़ मैं क्या भैन भरावान ने शेयर कर रही है, दुआ कर दुआ सलाम ला रही है। तो मैं हूँ उठा क्योंकि मैं यहाँ पट्ठे पहले कुतरे ने, ਇਹ ਆ ਪੱਠੇ ਟੋਕੇ 'ਤੇ ਜਿਹੜੇ ਨੇ ਪਾਏ ਨੇ, ਇਹ ਮੈਂ ਕੁਦਰ ਛੱਡੇ ਹਨ। ਅਤੇ ਮੈਂ ਆਖਿਆ ਕਿਉਂਕਿ ਮੈਂ ਲੇਟ ਹੁੰਦੇ ਪੱਠੇ ਬਣਾਉਣ ਜਾਣਾ, ਤਾਂ ਲੇਟ ਹੋ ਜਾਣੀ ਹੈ ਅਤੇ ਅਸਨੈਨ ਔਰਾਂ ਨੂੰ ਪਰੇਸ਼ਾਨੀ ਨਾ ਬਣੇ। ਅਤੇ ਇਹਨਾਂ ਨੂੰ ਜਿਹੜਾ ਨਾ ਇਸ ਵਜ੍ਹਾ ਤੋਂ ਮੁੜ ਜਿਹੜਾ ਨਾ ਤੁਹਾਨੂੰ ਮਕਾਨ ਜਿਹੜਾ ਦੱਸ ਰਹੇ ਹਾਂ ਇਹ ਸਾਡੇ ਸਾਹਮਣੇ, ਲੇਕਿਨ ਅੱਗੋਂ ਮੇਰੇ ਵੀ ਲੱਤ ਟੁੱਟ ਗਈ ਕਿਉਂਕਿ ਪਰੇਸ਼ਾਨੀ ਕਾਫੀ ਸਾਰੀ ਬਣ ਗਈ ਹੈ। ਹੁਣ ਬੇਗਮ ਸਾਹਿਬ ਜਿਹੜੀ ਨੇ ਉਹ ਵਿਚਾਰੀ ਹੇਕ ਗਈ ਹੋਈ ਹੈ। ਅਤੇ ਅੱਗੋਂ ਮਸਲਾ ਤਾਂ ਕਾਫੀ ਬਣ ਗਿਆ। ਤਾਂ ਮੈਂ ਆਖਿਆ ਮਾਜ ਤਾਂ ਮੈਂ ਚੋਲ ਹੀ ਆਈ, ਅਸਨੈਨ ਜਿਹੜਾ ਨਾ ਆਇਆ ਘਰ ਦੀ ਵੀ ਕੋਈ ਸਫਾਈ ਕਰਦਾ ਪਿਆ ਅਤੇ ਅੱਗ ਬਾਲੀ ਹੈ। ਅਤੇ ਹੁਣ ਪਕਾਉਂਦੇ ਹਾਂ ਚਾਹ, ਚਾਹ ਤਾਂ ਪੱਕੀ ਪਈ ਹੈ। ਅਤੇ ਹੁਣ ਬੱਚਿਆਂ ਨੂੰ ਲੈ ਕੇ ਦਿੱਤੇ ਨੇ ਰਸ, ਕਿਉਂਕਿ ਸਾਡਾ ਆਟਾ ਅੱਜ ਨਹੀਂ ਆ। ਮੈਂ ਆਖਿਆ ਚਲੋ ਜਿਹੜਾ ਨਾ ਰਸਾਂ ਨਾਲ ਗੁਜ਼ਾਰਾ ਕਰ ਲਓ। ਅਤੇ ਕਿਉਂ ਅੰਮੀ ਇਹਨਾਂ ਦੀ ਗਈ ਹੋਈ ਆ ਕਣਕ ਵੱਢਣ, ਅਤੇ ਹੁਣ ਉਹਨਾਂ ਦੱਸਿਆ ਵੀ ਅੱਜ ਮਸ਼ੀਨ ਪਾਉਣੀ ਆ। ਬਰਲ ਮੈਂ ਵੀ ਜਾਂਦਾ ਮਗਰ, ਕਿਉਂਕਿ ਹੋ ਸਕਦਾ ਸ਼ਾਇਦ ਮਸ਼ੀਨ ਲੱਗੇ। ਮੈਂ ਜਿਹੜਾ ਨਾ ਉੱਥੋਂ ਕੋਈ ਬਰੇਕ ਜਿਹੜੀ ਨਾ ਉਹ ਚਾਲ ਸਾਂ ਦੁਬਈ ਦੀ ਤੂੜੀ ਦੀ ਜਿਹੜੀ ਇਹਨਾਂ ਡੰਗਰਾਂ ਦਾ ਸਾਰ ਸਾਂ ਪੱਠੇ ਤੋਂ ਮੈਂ ਲੈ ਨੇ ਵੱਢ, ਅਤੇ ਅੱਜ ਪੱਠੇ ਇੱਥੋਂ ਹੀ ਲਏ ਹੋਏ ਹਨ। ਇੱਥੋਂ ਜਿਹੜਾ ਸਾਡੀ ਬੈਕ ਸਾਈਡ 'ਤੇ ਜਿਹੜੀ ਘਰ ਦੇ ਉਹਦੇ ਸਾਈਡ 'ਤੇ ਨਾਲ ਹੀ ਪੱਠੇ ਨੇ। ਅਤੇ ਹੁਣ ਅਲਿਸ਼ ਬਾਬੀ ਵੀ ਉਹ ਸਾਰਾ ਰਸਾਂ ਨਾਲ ਬਿਸਕਿਟਾਂ ਦਾ ਗੁਜ਼ਾਰਾ ਕੀਤਾ। ਚਾਹ ਮੈਂ ਰਸਾਂ ਨਾਲ ਜਿਹੜਾ ਬਿਲਾਲ ਨੂੰ ਵੀ ਅਸੀਂ ਕਮਾਈਨੇ ਹਾਂ। ਇੱਥੇ ਮਸ਼ੀਨ ਕਣਕ ਥੋੜ੍ਹੀ ਵੀ ਬਣੀ ਪਈ ਹੈ, ਨਾਲ ਅੱਗੇ ਮਾਂ ਦਿੰਦਾ ਰਿਹਾ। ਹੁਣ ਬਾਲ ਦੁਬਾ ਲੈਂਦਾ ਪਿਆ ਮੇਰਾ ਕਾਲਾ ਦਾ ਆ ਨਾ ਚੱਲੀ ਖੜੀ ਹੈ। ਅਤੇ ਮੈਂ ਉਹਨਾਂ ਦੀ ਵੰਗਾਰ ਵਾਸਤੇ ਆਇਆ। ਮੈਂ ਆਖਾ ਨਾਲ ਮਦਦ ਕਰਾ ਲਵਾਂ, ਕਿਉਂਕਿ ਥੋੜ੍ਹਾ ਜਿਹਾ ਆਪ ਵੀ ਲਾ ਲਾ ਚਾਹੇ। ਮੈਂ ਆਖਾ ਜਿਹੜੀ ਨੂੰ ਪੂਰੀ ਉਹ ਲੈ ਕੇ ਜਾਵਾਂਗਾ। ਅਤੇ ਆਹ ਨਾਲ ਹੀ ਇਹਨਾਂ ਦੀ ਕਣਕ ਆਹ ਥ੍ਰੈਸ਼ਰ ਲੱਗੀ ਹੋਈ ਹੈ। ਆਹ ਵੇਖਾ ਕਿਤਨੀ ਮਾਸ਼ਾਅੱਲਾ ਤੂੜੀ ਸਪੀਡ ਨਾਲ ਨਿਕਲ ਰਹੀ ਆ, ਇਸ ਰੀਤੇ ਗਈ ਜਾਂਦੀ ਹੈ। ਆ ਤੁਹਾਨੂੰ ਆਵਾਜ਼ ਸੁਣੀ ਵੀ ਗਈ ਹੋਵੇ। ਮਿਹਨਤ ਕਰਨਾ ਤੁਸੀਂ ਵੀ ਠੀਕ ਠਾਕ ਹੋ। ਸੋ ਅਸੀਂ ਵੀ ਠੀਕ ਠਾਕ ਹਾਂ। ਅੱਲਾ ਤੰਦਰੁਸਤੀ ਔਰ ਸਿਹਤ ਦੇਵੇ, ਜ਼ਿੰਦਗੀ ਦੇਵੇ। ਜੋ ਮੇਰੇ ਬਣੇ ਬਿਰਾਵੇ ਬਿਮਾਰ ਨੇ ਸ਼ਫਾ ਦੇਵੇ, ਬੇ ਔਲਾਦ ਨੇ ਔਲਾਦ ਦੇਵੇ, ਬੇ ਰੁਜ਼ਗਾਰ ਨੇ ਰੁਜ਼ਗਾਰ ਦੇਵੇ। ਜੋ ਸਫ਼ਰ ਕਰ ਰਹੇ ਹਾਂ ਆਪਣੇ ਮਕਸਦ ਮਕਸੂਦ ਤੋਂ ਬਚਾਏ। ਅਤੇ ਅੱਜ ਦੇ ਵਲੋਗ ਤਾਂ ਕਰਨੇ ਆਗਾਜ਼ ਮੈਂ ਕਿਹਾ ਬਣੇ ਬਿਰਾਵਾਂ ਨਾਲ ਸ਼ੇਅਰ ਕਰ ਰਹੀ ਹੈ, ਦੁਆ ਕਰ ਦੁਆ ਸਲਾਮ ਲਾ ਲਈਏ। ਅਤੇ ਮੈਂ ਹੁਣ ਉੱਠਿਆ ਕਿਉਂਕਿ ਮੈਂ ਆ ਪੱਠੇ ਪਹਿਲੇ ਕੁਤਰੇ ਨੇ, ਇਹ ਆ ਪੱਠੇ ਟੋਕੇ 'ਤੇ ਜਿਹੜੇ ਨੇ ਪਾਏ ਨੇ, ਇਹ ਮੈਂ ਕੁਦਰ ਛੱਡੇ ਹਨ। ਅਤੇ ਮੈਂ ਆਖਿਆ ਕਿਉਂਕਿ ਮੈਂ ਲੇਟ ਹੁੰਦੇ ਪੱਠੇ ਬਣਾਉਣ ਜਾਣਾ, ਤਾਂ ਲੇਟ ਹੋ ਜਾਣੀ ਹੈ ਅਤੇ ਅਸਨੈਨ ਔਰਾਂ ਨੂੰ ਪਰੇਸ਼ਾਨੀ ਨਾ ਬਣੇ।
ਤੇ ਇਹਨਾਂ ਨੂੰ ਜਿਹੜਾ ਨਾ ਇਸ ਵਜ੍ਹਾ ਤੋਂ ਮੁੜ ਜਿਹੜਾ ਨਾ ਤੁਹਾਨੂੰ ਮਕਾਨ ਜਿਹੜਾ ਦੱਸ ਰਹੇ ਹਾਂ ਇਹ ਸਾਡੇ ਸਾਹਮਣੇ ਲੱਗਣ ਅੱਗੋਂ ਮੇਰੇ ਵੀ ਲੱਤ ਟੁੱਟ ਗਈ ਕਿਉਂਕਿ ਪਰੇਸ਼ਾਨੀ ਕਾਫੀ ਸਾਰੀ ਬਣ ਗਈ ਹੈ। ਹੁਣ ਬੇਗਮ ਸਾਹਿਬ ਜਿਹੜੇ ਨੇ ਉਹ ਵਿਚਾਰੀ ਹਿੱਕ ਗਈ ਹੋਈ ਹੈ ਅਤੇ ਅੱਗੋਂ ਮਸਲਾ ਤਾਂ ਕਾਫੀ ਬਣ ਗਿਆ। ਤਾਂ ਮੈਂ ਆਖਿਆ ਮਾਜ ਤਾਂ ਮੈਂ ਚੋਲ ਹੀ ਆਈ ਅਸਨੈਨ ਜਿਹੜਾ ਨਾ ਹੈ ਘਰ ਦੀ ਵੀ ਕੋਈ ਸਫਾਈ ਕਰਦਾ ਪਿਆ ਅਤੇ ਅੱਗ ਬਾਲੀ ਹੈ ਅਤੇ ਹੁਣ ਪਕਾਈਆਂ ਚਾਹ ਤਾਂ ਪੱਕੀ ਪਈ ਹੈ ਅਤੇ ਹੁਣ ਬੱਚਿਆਂ ਨੂੰ ਲੈ ਕੇ ਦਿੱਤੇ ਨੇ ਰਸ ਕਿਉਂਕਿ ਸਾਡਾ ਆਟਾ ਅੱਜ ਨਹੀਂ ਆ। ਮੈਂ ਆਖਿਆ ਚਲੋ ਜਿਹੜਾ ਨਾ ਰਸਾਂ ਨਾਲ ਗੁਜ਼ਾਰਾ ਕਰ ਲਓ ਅਤੇ ਕਿਉਂ ਅੰਮੀ ਇਹਨਾਂ ਦੀ ਗਈ ਹੋਈ ਹੈ ਕਣਕ ਵੱਢਣ ਅਤੇ ਹੁਣ ਉਹਨਾਂ ਦੱਸਿਆ ਵੀ ਅੱਜ ਮਸ਼ੀਨ ਪਾਉਣੀ ਆ ਬਰਲ ਮੈਂ ਵੀ ਜਾਂਦਾ ਮਗਰ ਕਿਉਂਕਿ ਹੋ ਸਕਦਾ ਸ਼ਾਇਦ ਮਸ਼ੀਨ ਲੱਗੇ ਮੈਂ ਜਿਹੜਾ ਨਾ ਉੱਥੋਂ ਕੋਈ ਬਰੇਕ ਜਿਹੜੀ ਨਾ ਉਹ ਚਾ ਲਿਆ ਸਾਂ ਦੁਬੇ ਦੀ ਤੂੜੀ ਦੀ ਜਿਹੜੀ ਇਹਨਾਂ ਡੰਗਰਾਂ ਦਾ ਸਾਰ ਸਾਂ ਪੱਠੇ ਤਾਂ ਮੈਂ ਲੈਣੇ ਵੱਢ ਅਤੇ ਅੱਜ ਪੱਠੇ ਇੱਥੋਂ ਹੀ ਲਏ ਹੋਏ ਹਨ ਇੱਥੋਂ ਜਿਹੜਾ ਸਾਡੀ ਬੈਕ ਸਾਈਡ 'ਤੇ ਜਿਹੜੀ ਘਰ ਦੇ ਉਹਦੇ ਸਾਈਡ 'ਤੇ ਨਾਲ ਹੀ ਪੱਠੇ ਨੇ ਅਤੇ ਹੁਣ ਅਲਿਸ਼ਬਾ ਬੀਬੀ ਉਹ ਸਾ ਰਸਾਂ ਨਾਲ ਬਿਸਕਿਟਾਂ ਨਾਲ ਗੁਜ਼ਾਰਾ ਕੀਤਾ ਚਾਹ ਮੈਂ ਰਸਾਂ ਨਾਲ ਜਿਹੜਾ ਬਿਲਾਲ ਨੂੰ ਵੀ ਅਸੀਂ ਕਮਾਈਏ ਹਾਂ ਅਤੇ ਮਸ਼ੀਨ ਬਣਾ ਤੂੜੀ ਵੀ ਬਣੀ ਪਈ ਹੈ ਨਾਲ ਅੱਗੇ ਮਾਂ ਦਿੰਦਾ ਰਿਹਾ ਹੁਣ ਬਾਲ ਦੁਬਾ ਲੈਂਦਾ ਪਿਆ ਮੇਰਾ ਕਾਲਾ ਦਾ ਵੰਗਾਰ ਵਾਸਤੇ ਆਇਆ ਮੈਂ ਆਖਾਂ ਨਾਲ ਮਦਦ ਕਰਾ ਲਵਾਂ ਕਿਉਂਕਿ ਥੋੜ੍ਹਾ ਜਿਹਾ ਆਪ ਵੀ ਲਾਲਚ ਹੈ ਮੈਂ ਆਖਾਂ ਜਿਹੜੀ ਮਸੂਰੀ ਉਹ ਲੈ ਕੇ ਜਾਵਾਂਗਾ ਅਤੇ ਆਹ ਜਨਾਲ ਇਹਨਾਂ ਦੀ ਕਣਕ ਆਹ ਪ੍ਰੈਸ਼ਰ ਲੱਗੀ ਹੋਈ ਹੈ ਆਹ ਵੇਖ ਕਿਤਨੀ ਮਾਸ਼ਾਅੱਲਾ ਤੂੜੀ ਸਪੀਡ ਨਾਲ ਨਿਕਲ ਰਹੀ ਆ ਇਸ ਰੀਤੇ ਗਈ ਜਾਂਦੀ ਹੈ ਆਹ ਤੁਹਾਨੂੰ ਆਵਾਜ਼ ਸੁਣੀ ਵੀ ਗਈ ਹੋਵੇ ਘਰ ਆਈਆਂ ਕੋਈ ਕਣਕ ਦਾ ਕਿੱਲਾ ਸਾਰਾ ਵਾਢ ਲਿਆ ਅਤੇ ਕੋਈ ਮੇਰੇ ਨਾ ਪੇਕਿਆਂ ਦਾ ਦੋ ਕਨਾਲ ਜਿਹੜਾ ਜੇ ਸਗਾ ਆਈ ਆ ਅਤੇ ਮੈਂ ਕਹਿੰਦਾ ਦੀ ਕੋਨਾ ਕਿ ਕੋਂਜ ਲਵੀਏ ਤਾਂ ਮੁੜ ਕੇ ਦੀ ਹੋਰ ਦੋ ਗੁੱਬੀ ਨਾ ਪੁੱਛਣੇ ਆ ਤਾਂ ਵੱਢਣੇ ਆ ਅਤੇ ਵੀ ਲਾਲ ਮਾਈ ਉਧਰਾ ਬੰਦਾ ਮੈਂ ਤੇਰੇ ਕੋਲ ਬੱਚਾ ਕੋਈ ਘਰ ਫੇਰਾ ਮਾਰ ਆਉਂਦੀ ਹਾਂ ਵੀ ਲਾਲ ਮਾਈ ਉਧਰਾ ਬਣਾ ਅਤੇ ਕੋਈ ਮਾਣਾ ਸਰ ਉਸ ਕਿੱਲੇ 'ਚ ਮੈਨੂੰ ਆਇਆ ਸ਼ੁਕਰ ਅੱਲਾ ਪਾਕ ਤਾਂ ਕੋਈ ਮਹੀਨੇ ਦਾ ਤਾਂ ਬੱਚਿਆਂ ਦੀ ਰੋਜ਼ ਬਣਾ ਲਈਏ ਅਤੇ ਕੋਈ ਵੀਕ ਫਿਰ ਮੇਰੇ ਬਾਈ ਦਿੱਤੇ ਹਨ ਕਿ ਵੀ ਲਾਲ ਮਾਈ ਦੇ ਕੱਪੜੇ ਲਾ ਲਵੀ ਤਾਂ ਮੈਂ ਕਿ ਵੀ ਲਾਲ ਨੂੰ ਲਾਇਕ ਦੇ ਲਈ ਸਾਂ ਜੇ ਸਗੁੰਜਾਇਸ਼ ਹੋਏ ਅਤੇ ਚਲੋ ਆਪਣਾ ਘਰ ਪਿਵਾ ਲੈਂਦੇ ਹਾਂ ਅਤੇ ਇਤਨਾ ਵੀ ਸ਼ੁਕਰ ਅੱਲਾ ਪਾਕ ਦਾ ਕੋਈ ਮਾਣ ਲੂਡ ਹੋਰ ਬਣਾ ਲਈ ਸਕਦੋ ਮਾਂ ਅਤੇ ਅੱਲਾ ਪਾਕ ਹਰ ਨੂੰ ਆਦ ਦਰਵਾਜ਼ੇ 'ਚ ਦੇਵੇ ਅਤੇ ਹਰ ਹਾਂਜੀ ਅਤੇ ਬੱਚਿਆਂ ਦਾ ਵੀ ਇਤਨਾ ਨਾ ਸ਼ੁਕਰ ਅਤੇ ਸਾਨ ਜਿਹੜਾ ਬਾਜ਼ਾਰ ਦਾ ਕੋਈ ਵਿਰਾਹ ਨੂੰ ਵੀ ਲਾਏ ਬੰਦੇ ਕੋਈ ਘਰ ਦਾ ਹੀ ਕਾਰ ਬੰਦੇ ਅਤੇ ਇਹਨਾਂ ਦੇ ਆਸਰੇ ਤਾਂ ਮੈਂ ਚਲੋ ਮੈਂ ਕੋਈ ਬਣਾ ਲੈਂਦੀ ਹਾਂ ਕਣਾ ਅਤੇ ਅੱਜ ਰਾਤ ਬੱਚਿਆਂ ਕੋ ਘਰ ਰਸ ਆ ਅਤੇ ਸੁਬਹਾ ਮੋੜ ਮੈਂ ਜਾਵਣਾ ਕਣਾ ਕੱਲੇ ਅਤੇ ਅੱਲਾ ਪਾਕ ਹਰ ਤਰ੍ਹਾਂ ਮਤ ਕਰੇ ਹਰ ਨੂੰ ਤੰਦਰੁਸਤੀ ਦੇਵੇ ਸਿਹਤ ਤੰਦਰੁਸਤੀ ਤਾਂ ਮੋਟਾ ਬੰਦਾ ਕੋਈ ਨਾ ਕੋਈ ਕਾਰੋਬਾਰ ਲੱਭ ਵੀ ਜਾਂਦਾ ਮਿਹਨਤ ਮਜ਼ਦੂਰੀ ਕਰ ਹੀ ਲੈਂਦਾ ਅਤੇ ਇਤਨਾ ਹੀ ਸ਼ੁਕਰ ਅੱਲਾ ਪਾਕ ਦਾ ਕਿ ਮੇਰੀ ਤਬੀਅਤ ਖਰਾਬ ਹੋਣ ਦੇ ਵਿੱਚ ਕਾਫੀ ਕੁਛ ਨਾ ਪੈਸੇ ਲਾਗਣ ਉਧਾਰ ਚ ਆਇਆ ਅਤੇ ਅੱਲਾ ਕਰ ਸਿੱਧੋ ਵਿਆਹ ਸਲਾਹ ਲੈਂਦੇ ਹਾਂ ਅਤੇ
ਸਾਡੀ ਹੀ ਰਿਕੁਐਸਟ ਹੈ ਭੈਣਾਂ ਭਾਈਆਂ, ਤੂੰ ਸਾਡੀ ਵੀਡੀਓ ਸ਼ੁਰੂ ਤੋਂ ਆ ਕਰ ਤਾਂ ਵੇਖ ਕਰੋ, ਲਾਈਕ ਕੀਤਾ ਕਰੋ, ਕਮੈਂਟ ਕੀਤਾ ਕਰੋ, ਸ਼ੇਅਰ ਕੀਤਾ ਕਰੋ, ਤੱਲਾ ਪਾਕ ਹਰ ਤਰ੍ਹਾਂ ਮਤ ਕਰੇ ਅਤੇ ਭੈਣਾਂ ਭਾਈਆਂ ਮਤ ਅੱਜ ਉੱਥੇ ਦੇਣ ਬਾਅਦ ਨਾ ਘਰ ਆਈਆਂ, ਕੋਈ ਕਣਕ ਦਾ ਕਿੱਲਾ ਸਾਰਾ ਵਾਢ ਲਿਆ ਅਤੇ ਕੋਈ ਮੇਰੇ ਨਾਲ ਪੇਕਿਆਂ ਦਾ ਦੋ ਕਨਾਲ ਜਿਹੜਾ ਅੱਜ ਸਗਾ ਆਈ ਆ, ਅਤੇ ਮੈਂ ਕਹਿੰਦਾ ਦੀ ਕਹਿੰਦਾ ਕਿ ਵੀ ਕੌਂਜ ਲਵੀਏ ਅਤੇ ਮੁੜ ਕੇ ਦੀ ਹੋਰ ਦੋ ਅੱਗੂ ਵੀ ਨਾ ਪੁੱਛਣੇ ਆ ਅਤੇ ਵੱਢਣੇ ਆ, ਅਤੇ ਵੀ ਲਾਲ ਮਾਈ ਉਧਰਾ ਬੰਦਾ ਮੈਂ ਚਿਹਰੇ ਕੋਈ ਬੱਚਾ ਕੋਈ ਘਰ ਫੇਰਾ ਮਾਰਨੀ ਆ, ਵੀ ਲਾਲ ਮਾਈ ਉਧਰਾ ਬਣਾ ਅਤੇ ਕੋਈ ਮਾੜਾ ਸਰ ਉਸ ਕਿੱਲੇ 'ਚ ਮੈਨੂੰ ਆਇਆ ਸ਼ੁਕਰ ਅੱਲਾ ਪਾਕ ਦਾ, ਕੋਈ ਮਹੀਨੇ ਰਾਤ ਬੱਚਿਆਂ ਦੀ ਰੋਜ਼ ਬਣਾ ਲਈਏ, ਅਤੇ ਕੋਈ ਵੀ ਸਿਰ ਮੇਰੇ ਬਾਏ ਦਿੱਤੇ ਹਨ ਕਿ ਵੀ ਲਾਲ ਮਾਈ ਦੇ ਕੱਪੜੇ ਲਾ ਲਵੀ, ਅਤੇ ਮੈਂ ਕਿਹਾ ਵੀ ਲਾਲ ਨੂੰ ਲਾ ਕੇ ਦੇ ਲਈ ਸਾਂ ਜੇ ਸਗੁੰਜਾਇਸ਼ ਹੋਈ, ਅਤੇ ਚਲੋ ਆਪਣਾ ਘਰ ਪਿਵਾ ਲੈਂਦੇ ਹਾਂ, ਅਤੇ ਇਤਨਾ ਵੀ ਸ਼ੁਕਰ ਅੱਲਾ ਪਾਕ ਦਾ ਕੋਈ ਮਾਣ ਲੂਡ ਹੋਰ ਬਣਾ ਲਈ ਸਕਦੇ ਹੋ ਮਾਂ, ਅਤੇ ਅੱਲਾ ਪਾਕ ਹਰ ਨੂੰ ਆਦ ਦਰਵਾਜ਼ੇ 'ਚ ਦੇਵੇ ਅਤੇ ਹਰ ਹਾਂਜੀ, ਅਤੇ ਬੱਚਿਆਂ ਦਾ ਵੀ ਇਤਨਾ ਨਾ ਸ਼ੁਕਰ ਅਤੇ ਸਾਨ ਹੈ ਜਿਹੜਾ ਬਾਜ਼ਾਰ ਦਾ, ਕੋਈ ਵਿਰਾਹ ਨੂੰ ਵੀ ਲਾਏ ਬੰਦੇ, ਕੋਈ ਘਰ ਦਾ ਹੀ ਕਾਰ ਬੰਦੇ, ਅਤੇ ਇਹਨਾਂ ਦੇ ਆਸਰੇ ਤਾਂ ਮੈਂ ਚਲੋ ਮੈਂ ਕੋਈ ਬਣਾ ਲੈਂਦੀ ਹਾਂ ਕਣਾ, ਅਤੇ ਅੱਜ ਰਾਤ ਬੱਚਿਆਂ ਕੋਲ ਘਰ ਰਸ ਆ ਅਤੇ ਸੁਬਹ ਮੋੜ ਮੈਂ ਜਾਵਣਾ ਕਣਾ ਕੱਲੇ, ਅਤੇ ਅੱਲਾ ਪਾਕ ਹਰ ਤਰ੍ਹਾਂ ਮਤ ਕਰੇ, ਹਰ ਨੂੰ ਤੰਦਰੁਸਤੀ ਦੇਵੇ ਸਿਹਤ ਤੰਦਰੁਸਤੀ, ਅਤੇ ਮੁੜ ਤਾਂ ਬੰਦਾ ਕੋਈ ਨਾ ਕੋਈ ਕਾਰੋਬਾਰ ਲੱਭ ਵੀ ਜਾਂਦਾ, ਮਿਹਨਤ ਮਜ਼ਦੂਰੀ ਕਾਰ ਹੀ ਲੈਂਦਾ, ਅਤੇ ਇਤਨਾ ਹੀ ਸ਼ੁਕਰ ਅੱਲਾ ਪਾਕ ਦਾ ਕਿ ਮੇਰੀ ਤਬੀਅਤ ਖਰਾਬ ਹੋਣ ਦੇ ਵਿੱਚ ਕਾਫੀ ਕੁਛ ਨਾ ਪੈਸੇ ਲਾਗਣ ਉਧਾਰ 'ਚ ਆਇਆ, ਅੱਲਾ ਕਰ ਸੀ ਤੋਂ ਵੀ ਆਸਤਾ ਆਸਤਾ ਲਾ ਲੈਂਦੇ ਹਾਂ, ਅਤੇ ਸਾਡੀ ਰਿਕੁਐਸਟ ਹੈ ਭੈਣਾਂ ਭਾਈਆਂ ਤੂੰ ਸਾਡੀ ਵੀਡੀਓ ਸ਼ੁਰੂ ਤੋਂ ਆ ਕਰ ਤਾਂ ਵੇਖ ਕਰੋ, ਲਾਈਕ ਕੀਤਾ ਕਰੋ, ਕਮੈਂਟ ਕੀਤਾ ਕਰੋ, ਸ਼ੇਅਰ ਕੀਤਾ ਕਰੋ, ਤੱਲਾ ਪਾਕ ਹਰ ਤਰ੍ਹਾਂ ਮਤ ਕਰੇ, ਅਤੇ ਅੱਜ ਦੇ ਲੋਕ ਭੈਣਾਂ ਭਾਈਆਂ ਤੋਂ ਲੈਂਦੇ ਆ ਇਜਾਜ਼ਤ।